एतवार की तरह इस एतवार भी दूध ब्रेड खाए भैन भरा मेरे बच्चे मैं किवें तुहाडा शुक्रिया अदा करा जिहड़े तुसीं यानी कि सरकारां भी ठंडा कम पाउणा चाहुंदियां सीगियां प्रशासन नूं भी मैं हुण की कहां पर तुसीं इह कम है जिहड़ा ठंडा नहीं पैण दित्ता ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰੀ ਗੱਲ ਸਾਡੇ ਨੰਬਰਦਾਰ ਨੇ ਬਾਈ ਨੇ ਦੱਸ ਹੀ ਦਿੱਤਾ ਪਾਲੀ ਨੇ ਬੱਚੇ ਨੇ ਸਾਡੇ ਨੇ ਆਪਾਂ ਕੰਮ ਹੀ ਇਹੋ ਜਿਹੇ ਕਿਉਂ ਕਰੀਏ ਜਿਹਦੇ ਆਪਾਂ ਨੂੰ ਮਤਲਬ ਨੀਵੀਂ ਪਾ ਕੇ ਸਵਾਲ ਜਵਾਬ ਦੇਣੇ ਪੈਣ ਹੁਣ ਜੈਨੀ ਜਾਹਲ ਨੇ ਵਿਚਾਰੀ ਨੇ ਕੀ ਮਾੜਾ ਗਾਇਆ ਸਾਰਿਆਂ ਨੇ ਸੁਣਿਆ ਹੀ ਹੋਊ ਤੁਸੀਂ ਗਾਣਾ ਕੱਲ੍ਹ ਜੈਨੀ ਜਾਹਲ ਦਾ ਸਾਰਿਆਂ ਨੇ ਪਸੰਦ ਕੀਤਾ ਉਹਨੂੰ ਕਿ ਉਹਨੇ ਇੱਕ ਵਿਚਾਰੀ ਨੇ ਇਨਸਾਫ ਮੰਗਿਆ ਤੇ ਅੱਜ ਉਹਦੇ ਤੇ ਪਰਚੇ ਪੈਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਹਨਾਂ ਤੇ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਬੱਚੀਆਂ ਨੂੰ ਮਾਤਾਵਾਂ ਨੂੰ ਬੇਨਤੀ ਕਰੂੰਗੀ ਵੀ ਜੇ ਉਹ ਬੱਚੀ ਤੇ ਕੋਈ ਆਂਚ ਆਉਂਦੀ ਹੈ ਤਾਂ ਉਹਦੇ ਜ਼ਿੰਮੇਵਾਰ ਆਪਾਂ ਵੀ ਹੈਗੇ ਹਾਂ ਕਿਉਂਕਿ ਆਪਾਂ ਸੱਚ ਬੋਲਣ ਦੀ ਹਿੰਮਤ ਹੀ ਨਹੀਂ ਰੱਖਦੇ ਇਹਨਾਂ ਕਿਸੇ ਦੇ ਮੂਹਰੇ ਹੁਣ ਪੰਜਾਬ ਇਹੋ ਜਿਹੇ ਦੌਰ ਚੋਂ ਗੁਜ਼ਰ ਰਿਹਾ ਹੈ ਜਾਂ ਤਾਂ ਫਿਰ ਉਹੀ ਗੱਲ ਨੀਵੀਂ ਪਾਉਣ ਵਾਲੀ ਗੱਲ ਜਾਂ ਫਿਰ ਸ਼ੁਭਦੀਪ ਮੰਗੂ ਖਾਕੇ ਵੱਟ ਜਿਵੇਂ ਤੁਹਾਨੂੰ ਚੰਗੀ ਲੱਗੀ ਆ ਗੱਲ ਸੱਚ ਤੇ ਖੜੋ ਹਮੇਸ਼ਾ ਸੱਚ ਦਾ ਸਾਥ ਦਿਓ ਅੱਜ ਉਹ ਜਵਾਕੜੀ ਮੇਰੇ ਕੋਲ ਫੋਨ ਕਰੀ ਜਾਂਦੀ ਹੈ ਵੀ ਆਂਟੀ ਮੈਨੂੰ ਤਾਂ ਐਂ ਕਰਕੇ ਵੀ ਆ ਰਹੀਆਂ ਨੇਗੀਆਂ ਉੱਥੋਂ ਵੀ ਨਹੀਂ ਤੇਰੇ ਤੇ ਇਹੋ ਜਿਹਾ ਪਰਚਾ ਕਰਾਂਗੇ ਜੇ ਤੂੰ ਤੇਰੀ ਬੇਲ ਵੀ ਨਹੀਂ ਹੋਣੀ ਹੁਣ ਦੱਸੋ ਵੀ ਇਹ ਗੱਲ ਸਹੀ ਹੈ ਜਾਂ ਗਲਤ ਸਰਕਾਰ ਇਹ ਕੰਮ ਕਿਉਂ ਕਰ ਰਹੀ ਹੈ ਜਿਨ੍ਹਾਂ ਦੇ ਸਾਡੇ ਜਵਾਕ ਜਵਾਬ ਮੰਗਦੇ ਨੇ ਉਹ ਜਵਾਬ ਨਹੀਂ ਦੇ ਰਹੀਆਂ ਕੰਮ ਹੀ ਨਾ ਇਹ ਕਰੋ ਪੰਜ ਮਹੀਨੇ ਦਾ ਹੁਣ ਜਿਹੜਾ ਸਾਰੇ ਦਿਲਾਂ ਦੀ ਧੜਕਣ ਸੀ ਆਲ ਵਰਲਡ ਦੇ ਵਿੱਚ ਤੁਹਾਡੇ ਪੰਜਾਬ ਦਾ ਮਾਨਸਾ ਜ਼ਿਲ੍ਹੇ ਦਾ ਨਾਮ ਚਮਕਾਇਆ ਜਦੋਂ ਹਲ ਤੱਕ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਸਰਕਾਰ ਚਾਹੇ ਤੱਕ ਦਸਾਂ ਦਿਨਾਂ ਦੇ ਵਿੱਚ ਸਾਥੋਂ 20 ਦਿਨ ਹੀ ਮੰਗੇ ਸੀ ਦਸਾਂ ਦਿਨਾਂ ਦੇ ਵਿੱਚ ਇੱਕ ਪਾਸਾ ਕਰ ਸਕਦੀ ਹੈ ਕਿਉਂ ਨਹੀਂ ਉਹ ਪਾਵਰਾਂ ਦਿੰਦੀ ਪੁਲਿਸ ਨੂੰ ਪੁਲਿਸ ਨੂੰ ਪਾਵਰਾਂ ਦੇਵੇ ਵੀ ਜਿਹੜਾ ਕੋਈ ਏਦਾਂ ਦਾ ਕੋਈ ਨਖੱਤਾ ਜੰਮੇਗਾ ਇਹੋ ਜਿਹੇ ਮਾਹੌਲ ਪੰਜਾਬ ਖਰਾਬ ਕਰ ਰੱਖਿਆ ਪੰਜਾਬ ਦਾ ਵੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਮੈਂ ਤਾਂ ਇਹੀ ਸਰਕਾਰ ਤੋਂ ਮੰਗ ਕਰੂੰਗੀ ਵੀ ਇਹਨਾਂ ਨੂੰ ਨੱਥ ਪਾਓ ਮੈਂ ਕਿਵੇਂ ਤੁਹਾਡਾ ਸ਼ੁਕਰੀਆ ਅਦਾ ਕਰਾਂ ਜਿਹੜੇ ਤੁਸੀਂ ਯਾਨੀ ਕਿ ਸਰਕਾਰਾਂ ਵੀ ਠੰਡਾ ਕੰਮ ਪਾਉਣਾ ਚਾਹੁੰਦੀਆਂ ਸੀਗੀਆਂ ਪ੍ਰਸ਼ਾਸਨ ਨੂੰ ਵੀ ਮੈਂ ਹੁਣ ਕੀ ਕਹਾਂ ਪਰ ਤੁਸੀਂ ਇਹ ਕੰਮ ਹੈ ਜਿਹੜਾ ਠੰਡਾ ਨਹੀਂ ਪੈਣ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ।